ਹਰਨੀਅ ਦੀ ਸਮੱਸਿਆ ਰਾਈਟ ਸਾਈਡ 'ਤੇ ਹੋਈ ਸੀ, ਜਿਸ ਕਾਰਨ ਮੇਰੇ ਪੇਟ ਵਿੱਚ ਥੋੜ੍ਹਾ ਥੋੜ੍ਹਾ ਦਰਦ ਰਹਿੰਦਾ ਸੀਗਾ। ਅਤੇ ਯੂਟਿਊਬ ਦੇ ਉੱਤੇ ਸਟਾਰ ਸੁਪਰ ਸਪੈਸ਼ਲਿਸਟ ਹੋਸਪਿਟਲ ਬਾਰੇ ਸੁਣਿਆ, ਜਿਸ ਦੇ ਵਿੱਚ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜੀ, ਅਤੇ ਉਹਨਾਂ ਨੇ ਦੱਸਿਆ ਇਸ 'ਤੇ ਇਹਦਾ ਜਿਹੜਾ ਉਪਚਾਰ ਆ ਇਹ ਸਿਰਫ ਓਪਰੇਸ਼ਨ ਹੀ ਹੈ। ਅਤੇ ਮੈਂ ਡਾਕਟਰ, ਮੈਨੂੰ ਬਿਲਕੁਲ ਵੀ ਕੋਈ ਦਿੱਕਤ ਨਹੀਂ ਆਈ, ਕੋਈ ਮੈਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਸੇ ਕਿਸਮ ਦੀ ਮੈਨੂੰ ਸਮੱਸਿਆ ਨਹੀਂ ਹੋਈ। ਜਿਹੜੀ ਮੇਰੇ ਪਹਿਲੇ ਪੇਨ ਹੁੰਦੀ ਸੀ ਉਹ ਪੇਨ ਮੇਰੀ ਆ 3-4 ਦਿਨ ਬਿਲਕੁਲ ਹਟ ਗਈ ਹੈ, ਹੁਣ ਮੈਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਯੂਟਿਊਬ ਦੇ ਉੱਤੇ ਸਟਾਰ ਸੁਪਰ ਸਪੈਸ਼ਲਿਸਟ ਹੋਸਪਿਟਲ ਬਾਰੇ ਸੁਣਿਆ, ਜਿਸ ਦੇ ਵਿੱਚ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜੀ ਉਹਦੇ ਬਾਰੇ ਉਹਨਾਂ ਨੇ ਆਪਣੇ ਬਾਰੇ ਦੱਸਿਆ ਸੀਗਾ, ਹੋਸਪਿਟਲ ਦੇ ਬਾਰੇ ਦੱਸਿਆ ਸੀਗਾ। ਫਿਰ ਮੈਂ ਇੱਥੇ ਆ ਕੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਅਤੇ ਉਹਨਾਂ ਨਾਲ ਗੱਲਬਾਤ ਕੀਤੀ, ਹਰਨੀਆ ਦੇ ਬਾਰੇ ਸਮੱਸਿਆ ਨਾਲ ਆਪਣੀ ਉਹਨਾਂ ਨੇ ਸ਼ੇਅਰ ਕੀਤੀ। ਉਹਨਾਂ ਨੇ ਬੜੇ ਹੀ ਸਮੇਂ ਦੇ ਨਾਲ ਮੈਨੂੰ ਸਾਰੀਆਂ ਹਰਨੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਦੱਸਿਆ ਇਸ 'ਤੇ ਇਹਦਾ ਜਿਹੜਾ ਉਪਚਾਰ ਆ ਇਹ ਸਿਰਫ ਓਪਰੇਸ਼ਨ ਹੀ ਹੈ। ਅਤੇ ਮੈਂ ਡਾਕਟਰ ਸਾਹਿਬ ਦੀਆਂ ਗੱਲਾਂ ਸੁਣ ਕੇ ਮੈਂ ਸਹਿਮਤ ਹੋ ਗਿਆ। ਫਿਰ ਮੈਂ ਇਹ ਓਪਰੇਸ਼ਨ 26 ਤਰੀਕ ਨੂੰ ਕਰਵਾ ਲਿਆ ਅਤੇ ਓਪਰੇਸ਼ਨ ਦੇ ਵਿੱਚ ਮੈਨੂੰ ਬਿਲਕੁਲ ਵੀ ਕੋਈ ਦਿੱਕਤ ਨਹੀਂ ਆਈ, ਕੋਈ ਮੈਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਸੇ ਕਿਸਮ ਦੀ ਮੈਨੂੰ ਸਮੱਸਿਆ ਨਹੀਂ ਹੋਈ। ਜਿਹੜੀ ਮੇਰੇ ਪਹਿਲੇ ਪੇਨ ਹੁੰਦੀ ਸੀ ਉਹ ਪੇਨ ਮੇਰੀ ਆ 3-4 ਦਿਨ ਬਿਲਕੁਲ ਹਟ ਗਈ ਹੈ, ਹੁਣ ਮੈਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਇੱਥੋਂ ਦਾ ਜਿਹੜਾ ਸਟਾਫ ਆ ਉਹ ਬਹੁਤ ਹੀ ਹੈਲਪਫੁੱਲ ਆ, ਉਹਨਾਂ ਨੇ ਮੇਰੀ ਪੂਰੀ ਕੇਅਰ ਕੀਤੀ ਆ। ਇਹ ਜਿਹੜਾ ਓਪਰੇਸ਼ਨ ਹੈ ਇਹ ਬਹੁਤ ਹੀ ਸੌਖਾ ਹੈ ਅਤੇ ਦੂਰਬੀਨ ਦੇ ਰਾਹੀਂ ਕੀਤਾ ਜਾਂਦਾ ਹੈ, ਇਸ ਵਿੱਚ ਕੋਈ ਵੀ ਚੀਰ ਫਾੜ ਦੀ ਲੋੜ ਨਹੀਂ ਪਈ ਅਤੇ ਇਹਦਾ ਓਪਰੇਸ਼ਨ ਆ ਸਕਸੈਸਫੁੱਲ ਹੋ ਗਿਆ। ਮੈਂ ਡਾਕਟਰ ਸਾਹਿਬ ਦਾ, ਇੱਥੋਂ ਦੇ ਸਟਾਫ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਸ ਪਰੇਸ਼ਾਨੀ ਤੋਂ ਨਜਾਤ ਦਵਾਈ ਆ। ਧੰਨਵਾਦ ਜੀ।